ਇੱਕ ਬਜ਼ੁਰਗ ਮਾਤਾ ਦੇ ਵੱਲੋਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ। ਦੱਸਦੇ ਕਿ ਵਾਲੀਆਂ ਖੋਹਣ ਦੇ ਲਈ ਇੱਕ ਝਪਟਮਾਰ ਆਇਆ ਜਿਸ ਨੂੰ ਬੇਬੇ ਨੇ ਥੱਪੜ ਮਾਰ ਕੇ ਭਜਾ ਦਿੱਤਾ। ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਬੇਬੇ ਗਲੀ ਦੇ ਵਿੱਚ ਤੁਰੀ ਜਾ ਰਹੀ ਆ ਤਾਂ ਬਾਈਕ ਸਵਾਰ ਆਉਂਦੇ ਨੇ ਔਰ ਪਿੱਛੇ ਬੈਠਾ ਬਾਈਕ ਦੇ ਸ਼ਖਸ ਥੱਲੇ ਉਤਰਦਾ ਔਰ ਬੇਬੇ ਦੇ ਕੰਨਾਂ ਨੂੰ ਪੈ ਜਾਂਦਾ। ਇੱਕ ਵਾਰੀ ਤਾਂ ਉਸਦੇ ਵੱਲੋਂ ਖੋ ਲਈ, ਜਦ ਦੂਜੀ ਨੂੰ ਹੱਥ ਪਾਉਣ ਲੱਗਿਆ ਤਾਂ ਬਜ਼ੁਰਗ ਮਾਤਾ ਦੇ ਵੱਲੋਂ ਉਸਦੇ ਥੱਪੜ ਜੜਿਆ ਗਿਆ। ਮੌਕਾ ਦੇਖ ਕੇ ਇਹ ਲੁਟੇਰੇ ਇੱਥੋਂ ਭੱਜ ਨਿਕਲੇ। ਤਸਵੀਰਾਂ ਪੰਚਕੁਲੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਿਖਰ ਦੁਪਹਿਰੇ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਜ਼ੁਰਗ ਦੇ ਦੋਵੇਂ ਕੰਨਾਂ ਦੇ ਵਿੱਚੋਂ ਖੂਨ ਨਿਕਲ ਆਇਆ। ਘਟਨਾ ਦਾ ਪਤਾ ਚੱਲਦੇ ਹੀ ਸੈਕਟਰ 15 ਦੀ ਪੁਲਿਸ ਮੌਕੇ ਤੇ ਪਹੁੰਚ ਗਈ, ਹਾਲਾਤਾਂ ਦਾ ਜਾਇਜ਼ਾ ਲਿਆ। ਦੱਸਦੀਏ ਕਿ ਚੌਂਕੀ ਤੋਂ ਮਹਿਜ਼ 400 ਮੀਟਰ ਦੀ ਦੂਰੀ ਤੇ ਇਹ ਸਨੈਚਿੰਗ ਦੀ ਵਾਰਦਾਤ ਹੋਈ ਤਾਂ ਲੋਕਾਂ ਦੇ ਵਿੱਚ ਰੋਸ ਹੈ ਕਿ ਇਹ ਲੁਟੇਰਿਆਂ ਨੇ ਉਹਨਾਂ ਦਾ ਰਹਿਣਾ ਉਹ ਦੱਬਰ ਕੀਤਾ ਹੋਇਆ। ਸਿਖਰ ਦੁਪਹਿਰੇ ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ, ਬੇਖੌਫ ਹੋ ਕੇ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ। ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਵੇਂ ਇੱਕ ਬਜ਼ੁਰਗ ਮਾਤਾ ਦੇ ਕੰਨਾਂ ਨੂੰ ਹੱਥ ਪਾਇਆ ਗਿਆ, ਵਾਲੀ ਖੋਹੀ ਗਈ, ਜਿਸ ਤੋਂ ਬਾਅਦ ਜਦੋਂ ਦੂਜੀ ਵਾਲੀ ਨੂੰ ਹੱਥ ਪਾਉਣ ਲੱਗਿਆ ਤਾਂ ਬਜ਼ੁਰਗ ਨੇ ਥੱਪੜ ਮਾਰ ਕੇ ਇਸ ਲੁਟੇਰੇ ਨੂੰ ਭਜਾ ਦਿੱਤਾ।